ਬਹੁਤ ਹੀ ਜ਼ਿਆਦਾ। ਤਿਹਾੜ ਜੇਲ੍ਹ ਦੇ ਵਿੱਚੋਂ ਭੱਜਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਤਿਹਾੜ ਜੇਲ੍ਹ ਦੇ ਵਿੱਚੋਂ 2004 ਦੇ ਵਿੱਚੋਂ ਸ਼ੇਰ ਸਿੰਘ ਰਾਣਾ ਭੱਜ ਗਏ ਸੀ। ਮਾਤਾ ਸੁੰਦਰੀ ਅਤੇ ਜੀਤਾਂ, ਬਹੁਤੇ ਇਤਿਹਾਸਕਾਰਾਂ ਦੁਆਰਾ ਮਾਤਾ ਸੁੰਦਰੀ ਅਤੇ ਮਾਤਾ ਜੀਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਇੱਕੋ ਹੀ ਲਿਖਿਆ ਗਿਆ ਹੈ ਕਿ ਔਰ ਰੰਗਾ ਬਿੱਲਾ ਕੌਣ ਸੀ ਉਸ ਦੇ ਬਾਰੇ ਵੀ ਮੈਂ ਦੱਸ ਦਿੰਦਾ ਕਿ ਜਿੱਥੇ ਮੈਂ ਰਹਿਣ ਵਾਲਾ, ਜਿਹੜੇ ਜ਼ਿਲ੍ਹੇ ਦਾ ਮੈਂ ਰਹਿਣ ਵਾਲਾ, ਫਰੀਦਕੋਟ ਦੇ ਇੱਕ ਜਲਾਦ ਨੇ ਹੀ ਉਹਨਾਂ ਨੂੰ ਫਾਂਸੀ ਦਿੱਤੀ ਸੀ ਬਹੁਤ ਲੰਬੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਵਰਿੰਦਰ ਔਲਖ ਔਰ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਪਿਆਰਿਆਂ ਦਾ ਮੈਂ ਸਵਾਗਤ ਕਰਦਾ ਹਾਂ। ਦੋਸਤੋ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਰਣਜੀਤ ਬਾਵਾ ਦੇ ਨਵੇਂ ਆਏ ਗੀਤ ਕਿੰਨੇ ਆਏ ਕਿੰਨੇ ਗਏ ਦੇ ਬਾਰੇ ਗੱਲਬਾਤ ਕਰਨੀ ਹੈ। ਉਸ ਗੀਤ ਦੇ ਉੱਪਰ ਬਹੁਤ ਵਿਵਾਦ ਹੋ ਰਿਹਾ ਹੈ। ਰਣਜੀਤ ਬਾਵਾ ਦੇ ਗੀਤਾਂ ਨਾਲ ਅਕਸਰ ਹੀ ਵਿਵਾਦ ਜੁੜਦੇ ਰਹੇ ਨੇ, ਭਾਵੇਂ ਉਹ ਗੀਤ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਹੋਵੇ, ਅਤੇ ਭਾਵੇਂ ਉਹ ਮੇਰਾ ਕੀ ਕਸੂਰ ਹੈ ਹੋਵੇ, ਅਤੇ ਭਾਵੇਂ ਇਹ ਕਿੰਨੇ ਆਏ ਕਿੰਨੇ ਗਏ 2 ਗੀਤ ਹੋਵੇ। ਇਹਨਾਂ ਗੀਤਾਂ ਦੇ ਉੱਪਰ ਵਿਵਾਦ ਜੁੜੇ ਨੇ, ਪਰ ਇਸ ਗੀਤ ਦੇ ਉੱਪਰ ਕਿਹੜਾ ਵਿਵਾਦ ਆ, ਅੱਜ ਆਪਾਂ ਉਸ ਵਿਵਾਦ ਦੇ ਬਾਰੇ ਗੱਲ ਕਰਨੀ ਹੈ। ਸ਼ੇਰ ਸਿੰਘ ਰਾਣਾ ਨੂੰ ਲੈ ਕੇ ਇਸ ਗੀਤ ਦੇ ਉੱਪਰ ਵਿਵਾਦ ਬਣਿਆ ਹੋਇਆ ਹੈ, ਔਰ ਸ਼ੇਰ ਸਿੰਘ ਰਾਣਾ ਕੌਣ ਸੀ ਉਸ ਦੇ ਬਾਰੇ ਗੱਲਬਾਤ ਕਰਾਂਗੇ, ਔਰ ਇਸ ਗੀਤ ਦੇ ਵਿੱਚ ਹੋਰ ਬਹੁਤ ਇਤਿਹਾਸਕ ਪਾਤਰਾਂ ਦੇ ਦਾ ਜਿਹੜਾ ਜ਼ਿਕਰ ਹੋਇਆ ਹੈ ਉਹਨਾਂ ਦੇ ਬਾਰੇ ਵੀ ਅੱਜ ਆਪਾਂ ਗੱਲਬਾਤ ਕਰਾਂਗੇ। ਜਸਪਤ ਰਾਏ ਦਾ ਜ਼ਿਕਰ ਹੋਇਆ ਇਸ ਗਾਣੇ ਦੇ ਵਿੱਚ, ਇਸ ਗਾਣੇ ਦੇ ਵਿੱਚ ਮਾਤਾ ਗੁਜਰੀ ਦੇ ਗੁਰੂ ਅਰਜਨ ਦੇਵ ਜੀ ਕੀ ਲੱਗਦੇ ਸੀ ਉਸ ਦੇ ਬਾਰੇ ਜ਼ਿਕਰ ਹੋਇਆ ਹੈ। ਇਸ ਗੀਤ ਦੇ ਵਿੱਚ ਚੰਗੇਜ਼ ਖਾਨ ਦੇ ਬਾਰੇ ਜ਼ਿਕਰ ਹੋਇਆ, ਇਸ ਗੀਤ ਦੇ ਵਿੱਚ ਹਿਟਲਰ, ਗਦਾਫੀ ਅਤੇ ਹੋਰ ਬੜਿਆਂ ਦਾ ਜ਼ਿਕਰ ਹੋਇਆ ਹੈ। ਜੱਸਾ ਸਿੰਘ ਆਹਲੂਵਾਲੀਆ ਦਾ ਜ਼ਿਕਰ ਹੋਇਆ ਹੈ। ਅੱਜ ਆਪਾਂ ਇਹਨਾਂ ਸਾਰੇ ਪਾਤਰਾਂ ਦੇ ਬਾਰੇ ਵੀ ਗੱਲਬਾਤ ਕਰਨੀ ਹੈ, ਔਰ ਇਸ ਗਾਣੇ ਦੇ ਉੱਪਰ ਜੋ ਵਿਵਾਦ ਬਣਿਆ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਨੀ ਹੈ। ਜਾਣਕਾਰੀ ਜ਼ਿਆਦਾ ਹੋਣ ਦੇ ਕਾਰਨ ਵੀਡੀਓ ਲੰਬੀ ਹੋ ਸਕਦੀ ਹੈ, ਪਰ ਪੂਰੀ ਜਾਣਕਾਰੀ ਦੇ ਵਾਸਤੇ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ। ਔਰ ਵੀਡੀਓ ਨੂੰ ਸਟਾਰਟ ਕਰਦੇ ਹਾਂ ਅਤੇ ਸਟੈਪ ਬਾਏ ਸਟੈਪ ਜਾਣਦੇ ਹਾਂ ਕਿ ਕਿਹੜੇ ਕਿਹੜੇ ਪਾਤਰਾਂ ਦਾ ਕਿੱਥੇ ਕਿੱਥੇ ਜ਼ਿਕਰ ਹੋਇਆ ਅਤੇ ਉਹ ਪਾਤਰ ਕੌਣ ਨੇ। ਸਭ ਤੋਂ ਪਹਿਲਾਂ ਜ਼ਿਕਰ ਹੋਇਆ ਹੈ, ਇਸ ਗੀਤ ਦੇ ਵਿੱਚ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਕਿ ਸੂਰਮੇ ਮਰਾ ਕੇ ਕਿਹਨੇ ਲਈਆਂ ਫੀਤੀਆਂ ਅਤੇ ਕਿਹਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਲੁੱਕਦੀ ਕਮਾਦਾਂ ਵਿੱਚ ਫਿਰੇ ਫੈਮਲੀ ਥਾਣੇਦਾਰ ਚੱਕਦਾ ਸੀ ਮੁੰਡੇ ਪਾੜਕੂ, ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ, ਵੀਰ ਮਰਵਾਤਾ ਜਿਹਦਾ ਕਹਿਕੇ ਖਾੜਕੂ। ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ ਅਤੇ ਵੀਰ ਮਰਵਾਤਾ ਜਿਹਦਾ ਕਹਿਕੇ ਖਾੜਕੂ। ਅੱਗੇ ਇਸ ਗੀਤ ਦੇ ਵਿੱਚ ਆਉਂਦਾ ਕਿ ਥਾਂ ਥਾਂ 'ਤੇ ਘੁੰਮਦੇ ਆ ਰੰਗਾ ਬਿੱਲਾ ਆਮ, ਪਰ ਸ਼ੇਰ ਸਿੰਘ ਰਾਣੇ ਜਿਹਾ ਕੋਈ ਨਹੀਂ। ਇੱਥੇ ਰੁਕਦੇ ਹਾਂ। ਸ਼ੇਰ ਸਿੰਘ ਰਾਣਾ ਕੌਣ ਸੀ ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸ਼ੇਰ ਸਿੰਘ ਰਾਣਾ 25 ਜੁਲਾਈ 2001 ਨੂੰ ਫੂਲਣ ਦੇਵੀ ਦੇ ਕਤਲ ਕਰਕੇ ਚਰਚਾ ਦੇ ਵਿੱਚ ਆਇਆ। ਇਸ ਤੋਂ ਬਾਅਦ 2004 ਦੇ ਵਿੱਚ ਉਹ ਜੇਲ੍ਹ ਦੇ ਵਿੱਚੋਂ ਭੱਜ ਨਿਕਲਿਆ ਅਤੇ 2006 ਦੇ ਵਿੱਚ ਸ਼ੇਰ ਸਿੰਘ ਰਾਣਾ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਔਰ 17 ਫਰਵਰੀ 2004 ਨੂੰ ਉਹਨਾਂ ਨੂੰ ਉਹ ਨਿਕਲੇ ਸੀ ਜੇਲ੍ਹ ਦੇ ਵਿੱਚੋਂ, ਜੇਲ੍ਹ ਨੂੰ ਬਹੁਤ ਹੀ ਜ਼ਿਆਦਾ ਤਿਹਾੜ ਜੇਲ੍ਹ ਦੇ ਵਿੱਚੋਂ ਭੱਜਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਤਿਹਾੜ ਜੇਲ੍ਹ ਦੇ ਵਿੱਚੋਂ 2004 ਦੇ ਵਿੱਚੋਂ ਸ਼ੇਰ ਸਿੰਘ ਰਾਣਾ ਭੱਜ ਗਏ ਸੀ। 17 ਮਈ 2006 ਨੂੰ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪ੍ਰਿਥਵੀ ਰਾਜ ਚੌਹਾਨ ਦੀਆਂ ਅਸਥੀਆਂ ਭਾਰਤ ਵਾਪਸ ਲੈ ਕੇ ਆਏ ਸੀ, ਇਹ ਉਹਨਾਂ ਨੇ ਦਾਅਵਾ ਕੀਤਾ ਹੈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਮੈਂ ਅਫਗਾਨਿਸਤਾਨ ਗਿਆ, ਅਫਗਾਨਿਸਤਾਨ ਜਿੱਥੇ ਕਬਰ ਬਣੀ ਹੋਈ ਸੀ ਪ੍ਰਿਥਵੀ ਰਾਜ ਚੌਹਾਨ ਦੀ, ਉਸਦਾ ਨਿਰਾਦਰ ਕੀਤਾ ਜਾਂਦਾ ਸੀ, ਜੋ ਭਾਰਤ ਦਾ ਇੱਕ ਰਾਜਾ ਸੀ ਉਸਦਾ ਨਿਰਾਦਰ ਕੀਤਾ ਜਾਂਦਾ ਸੀ, ਅਤੇ ਉਹ ਅਸਥੀਆਂ ਅਫਗਾਨਿਸਤਾਨ ਦੇ ਵਿੱਚੋਂ ਕੱਢ ਕੇ ਭਾਰਤ ਲਿਆਇਆ ਸੀ। ਇਸ ਦੀ ਬਹੁਤ ਜ਼ਿਆਦਾ ਕਵਰੇਜ ਵੀ ਹੋਈ ਵੱਖ ਵੱਖ ਮੀਡੀਆ ਚੈਨਲਾਂ ਦੇ ਉੱਪਰ। ਔਰ ਫੂਲਣ ਦੇਵੀ ਕੌਣ ਸੀ, ਫੂਲਣ ਦੇਵੀ ਦਾ ਜਿਹੜਾ ਕਤਲ ਕੀਤਾ ਸੀ ਉਹ ਉਸਨੇ ਬਦਲੇ ਵਜੋਂ ਕੀਤਾ ਸੀ, ਕਿਉਂਕਿ 22 ਠਾਕਰਾਂ ਨੂੰ ਫੂਲਣ ਦੇਵੀ ਨੇ ਮਾਰਿਆ ਸੀ, ਠਾਕਰ ਜਾਤ ਨਾਲ ਸੰਬੰਧਿਤ ਲੋਕਾਂ ਨੂੰ। ਔਰ ਸ਼ੇਰ ਸਿੰਘ ਰਾਣਾ ਵੀ ਰਾਜਪੂਤ ਸੀ, ਉਹਨਾਂ ਨੇ ਆਪਣੇ ਠਾਕਰ ਦੇ ਜਿਹੜੇ ਕਤਲ ਦੇ ਕਰਕੇ ਉਸਦਾ ਬਦਲਾ ਲਿਆ ਸੀ। ਕੁਝ ਲੋਕ ਉਸ ਨੂੰ ਹੀਰੋ ਮੰਨਦੇ ਆ, ਕੁਝ ਲੋਕ ਜੋ ਫੂਲਣ ਦੇਵੀ ਸੀ ਫੂਲਣ ਦੇਵੀ ਨੂੰ ਬਹੁਤ ਮਹਾਨ ਮੰਨਦੇ ਆ, ਕਿਉਂਕਿ ਉਸਨੇ ਬਲਾਤਕਾਰ ਕਰਨ ਵਾਲੇ ਲੋਕਾਂ ਦਾ ਕਤਲ ਕੀਤਾ ਸੀ, ਪਰ ਉਹਨਾਂ ਦੇ ਵਿੱਚੋਂ 2 ਬਲਾਤਕਾਰੀ ਸੀ ਅਤੇ ਬਾਕੀ ਉਹਨਾਂ ਨੇ ਉਸ ਜਾਤ ਦੇ ਲੋਕਾਂ ਦਾ 22 ਲੋਕਾਂ ਦਾ ਕਤਲ ਕੀਤਾ ਸੀ। ਔਰ ਉਸ ਕਤਲ ਤੋਂ ਬਾਅਦ ਇਸ ਦਾ ਵੀ ਕਤਲ ਹੋਇਆ ਸ਼ੇਰ ਸਿੰਘ ਰਾਣਾ ਦੇ ਵੱਲੋਂ। ਔਰ ਦੋਸਤੋ, ਇੱਕ ਗੱਲ ਹੋਰ ਇੱਥੇ ਕਰਨੀ ਬਣਦੀ ਹੈ, ਰਣਜੀਤ ਬਾਵਾ ਨੂੰ ਇਸ ਗੀਤ ਤੋਂ ਬਾਅਦ ਲੋਕ ਬਹੁਤ ਜ਼ਿਆਦਾ ਭੰਡ ਰਹੇ ਆ। ਜੇਕਰ ਰਣਜੀਤ ਬਾਵਾ ਵਰਗੇ ਗਾਇਕ ਅਜਿਹੇ ਮਸਲੇ ਨਾ ਛੇੜਨ ਤਾਂ ਅਜਿਹੇ ਮਸਲਿਆਂ ਦੇ ਉੱਪਰ ਗੱਲ ਵੀ ਨਹੀਂ ਹੋਊਗੀ। ਇਸ ਦੇ ਵਿੱਚ ਬਹੁਤ ਸਾਰੇ ਇਤਿਹਾਸਕ ਪਾਤਰਾਂ ਦੇ ਬਾਰੇ ਗੱਲਬਾਤ ਹੋਈ ਹੈ, ਪੂਰਾ ਇਹ ਗਾਣਾ ਜਿਹੜਾ ਇਤਿਹਾਸਕ ਪਾਤਰਾਂ ਦੇ ਨਾਲ, ਇਤਿਹਾਸ ਦੇ ਨਾਲ ਬੁਣਿਆ ਹੋਇਆ ਹੈ। ਤਾਂ ਇਹਦੇ ਵਿੱਚ ਇਹ ਹੈ ਕਿ ਕੁਝ ਲੋਕਾਂ ਲਈ ਉਹੀ ਬੰਦਾ ਹੀਰੋ ਹੁੰਦਾ, ਕੁਝ ਲੋਕਾਂ ਲਈ ਉਹੀ ਬੰਦਾ ਗਦਾਰ ਹੁੰਦਾ, ਜਿਵੇਂ ਕਿ ਮੇਰੀ ਪਿਛਲੀ ਵੀਡੀਓ 'ਤੇ ਵੀ ਵਿਵਾਦ ਬਣ ਗਿਆ ਸੀ, ਅਤੇ ਲੋਕ ਬਹੁਤ ਛੇਤੀ ਗਦਾਰ ਦਾ ਅਵਾਰਡ ਅਤੇ ਗਦਾਰ ਦੇ ਜਿਹੜੇ ਸਰਟੀਫਿਕੇਟ ਵੀ ਵੰਡ ਦਿੰਦੇ ਆ।
कुछ लोगों द्वारा रणजीत बावा आर एस एस का एजेंट भी कहा जा रहा है कि आर एस एस के बंदे हीरो बना के पेश कर रहा है। दोस्तों एक गलती हो सकती है हरेक इंसान के कोलों, मैं मानता है कि हो सकता है एक गलती हो कि शेर सिंह राणा उन्होंने एक हीरो वजो पेश किया। रंगा बिल्ला का भी जिक्र इस आया है और रंगा बिल्ला कौन सी उसके बारे भी मैं दस दिना कि रंगा बिल्ला भी एक कतल दे करके बलात्कार का केस उन्होंने बनया सी और काफ़ी चर्चा हुई सी, बहुत ही वड्डा हाई प्रोफाइल मामला है बनया सी। और जिथे मैं रहने वाला जिहड़े जिले का मैं रहने वाला फरीदकोट के एक जलाद ने ही उन्होंने फांसी दी सी। बहुत लंबी कहानी है, वीडियो दे विच ज़्यादा लंबी होने के डरों मैं ज़्यादा एक्सप्लेन नहीं कर सकता। रंगा बिल्ला बलात्कारी सी और जिहड़ा फूलन देवी का कतल करने वाला शेर सिंह राणा उसनू भी कैद हुई सी, तिहाड़ जेल चो भज्जिया सी, उसनू हीरो वजो पेश किया लोगों का यह कहना है। हो सकता है गलती होवे, इस ते उन्हां दी की प्रतिक्रिया आउंदी है ये तो आने वाला समा दसूगा। आपां अगले पात्र के बारे जानते हैं कि अगे रणजीत बावा के गाने के पात्रां ते गलबात हुई है। इस पैरे के अखीर में आता है कि हौसले बुलंद रहे घल्लूकार, थोड़ा जिहा नमूना दस देवां झाकी का, जसपत राय का सिर पावे बाजियां, हाथी उत्ते रह गया शरीर बाकी। ये जसपत राय जकरिया खान का अहलकार सी और उसनू पहला जलंधर ते फिर अहमदाबाद का फौजदार स्थापित किया, सिखां नू खत्म करन दा जिम्मा सौंपिया सी। एक बारी 1746 च बदोकी गुसाइयां नेड़े सिखां दे नाल मुठभेड़ हो गया जिस दे विच बहुत वड्डी भिड़ंत हुई ते नभाहू सिंह ने हाथी ते चढ़ के इसका सिर वढ़ लिया सी ते हाथी ते धड़ रह गई सी ते सिर इहदा सिंह लै गई सी। सिंघां तों 500 रुपया उस टाइम ते 500 रुपया दे के सिंघां नू जसपत राय का सिर वापस लिया सी। दे भरा लखपत राय ने बाद चो सिखां दा बहुत वड्डा कतलोगारत कीती ते बड़ी बेदर्दी ने दे नाल सिखां दे कतल करवाए। के तीन चार धड़िया च वंड होया मोर्चा, कि पक्ष पूरीए तो छड़िए, बेअदबी करा के आपे राजनीति खेडदे आ, दस खां कसूर किहदा कढ़ीए। कि गुरु घरां विच मिलदे आ कमरे पावरां वाले जो बंदे मैथ मैथ के, चंदरी गरीबी धोखा देवे भुख नू अद्धी राती लस्सी पीवे चिथ चिथ के, चंदरी गरीबी धोखा देवे भुख नू अद्धी राती लस्सी पीवे चिथ चिथ के। बहुत ही चंगे तरीके नाल गरीबी नू एक्सप्लेन किया है, रोन कढ़ा दिंदियां है लैणा आम बंदे दा, बहुत ही संवेदनशील जिहड़े लोग हुंदे आ उन्हां दे मनां ते की गुजरदी है जदों अजिहियां लैणा सुणदे आ। बहुत ही जबरदस्त लैन लगी मैनूं इस गाने दे विच। अगे आपां गल करदे आ कि 5-7 सालां पिछों किसी ने नहीं पुछना गीतां च कराउंदे जिहड़े अत नूं भूआ दे मुंडे नाल विआह के चाढ़ती जहाजे बाबा नानका की होया साडी मत नूं, कि चेते नहीं हो जस्सा सिंह आलू वाली है गोरा काला बनिया फ्रेंड दसदा। जस्सा सिंह आलू वाली है कौन सी? जस आलू वाली है मिसल दे सरदार सी जस्सा सिंह आलू वाली है। 3 मई 1718 नूं जस्सा सिंह आलूवालिया का जन्म होया और जस्सा सिंह आलूवालिया ते जस्सा सिंह रामगढ़िया ते होर कई आगुआं दी अगवाई दे विच लाल किले दे उपर 1783 दे विच कब्जा किया गया सी और जस्सा सिंह आलूवालिया का नाम जिहड़ा उह सिख इतिहास दे विच जां सिख राज दे विच सुनहरी अक्खरां दे विच लिखिया होया है। और जस्सा सिंह आलूवालिया ते भी अलग एक वीडियो बन सकती है पर इस वीडियो दे विच ज़्यादा एक्सप्लेन मैं लंबी होण दे डरों नहीं करदा। जस्सा सिंह आलूवालिया आलूवालिया मिसल दे सरदार सी। इस तो अगले पैरे दे विच है कि चार साहबजादे माता सुंदरी ते जीतना की सी रिश्ता, इन्हां दे विच आपसी, माता गुजरी दे की सी लगदे हो दसी तत्ती तवी ते जो करी जांदे जापसी, दसवें गुरु ने ऐसा की सी लिखता औरंगे दी जो हैके उत्ते सी मौत मेल दी, अज जिहड़ी माँ ने सुखा जिंदा जमना वह साधां दियां डेरियां ते चौंकी खेडदी, वह साधां दियां डेरियां ते चौंकी खेडदी। इस दे विच भी इतिहासक पात्रां दा जिक्र होया माता सुंदरी ते जीतां, बहुते इतिहासकारां द्वारा माता सुंदरी ते माता जीत ਤਾਨੂੰ गुरु गोबिंद सिंह जी की पत्नी इको ही लिखा गया है कि माता सुंदरी ते माता जीतो इको ही सी। कुछ लोगों द्वारा यह कहा जाता है कि माता सुंदरी ते माता जीता दो अलग अलग सी और उन्हां दो अलग अलग धर्म पत्नियां सी गुरु गोबिंद सिंह जी दियां और उन्हां दे बेटे अजीत जुझार फतेह सिंह ते जोरावर सिंह सन। और इस तों बाद माता गुजरी दे की सी लगदे हो तत्ती तवी ते जो करी जांदे जाप सी, गुरु अर्जन देव जी का जिक्र होया। गुरु अर्जन देव जी माता गुजरी जी दे सहुरे दे पिता सन, सहुरे उन्हां दे गुरु हरगोबिंद सिंह सी और हरगोबिंद सिंह जी दे अगे बेटे गुरदत्ता जी और गुरु तेग बहादुर जी सिगे और गुरदत्ता जी दे बेटे गुरु हर राय जी और अगे गुरु हरकृष्ण जी नूं गुरगद्दी मिलदी है और गुरु हरगोबिंद जी दे बेटे गुरु तेग बहादुर नूं नौवें थां ते जाके फिर नौवें थां गुरगद्दी मिलदी है और गुरु नौवें गुरु गुरु तेग बहादुर जी बनदे आ। गुरु तेग बहादुर जी की पत्नी माता गुजरी जी गुरु तेग बहादुर जी की पत्नी सी, इस करके गुरु अर्जन देव जी माता गुजरी जी दे सहुरे दे पिता सन।
ਅਗਲੇ ਪੈਰੇ ਦੇ ਵਿੱਚ ਲਵਲੀ ਨੂਰ ਦੁਆਰਾ ਜੋ ਲਿਖਿਆ ਗਿਆ ਹੈ ਕਿ ਖੁੱਲ੍ਹਾ ਖਾਣ ਪੀਣ ਸੀ ਉਹ ਸਾਦਾ ਜਿਹਾ ਜੀਣ ਸੀ ਅਤੇ ਆਪੇ ਹੀ ਸਿਆਪਾ ਗਲ ਪਾ ਲਿਆ, ਕਾਲਜਾਂ ਸਕੂਲਾਂ ਵਿੱਚ ਸ਼ਰੇਆਮ ਆਸ਼ਕੀਆਂ, ਗੁਰੂ ਨੇ ਹੀ ਚੇਲੀ ਨੂੰ ਵਿਆਹ ਲਿਆ, ਉਹ ਬੰਦਾ ਕਰੇ ਨਾ ਕਦਰ ਰੋਟੀ ਦੀ, ਹੱਥੀ ਜੀ ਨੇ ਕਦੇ ਨਾ ਰੁਪਈਆ ਵੱਟਿਆ, ਯਾਰਾਂ ਦੇ ਸਟੋਰੋਂ ਮੁੰਡਾ ਲਵੇ ਕੱਪੜੇ, ਦਿਸੇ ਨਾ ਜੀ ਬਾਪੂ ਦਾ ਪਜਾਮਾ ਫਟਿਆ, ਦਿਸਦਾ ਨਹੀਂ ਬਾਪੂ ਦਾ ਪਜਾਮਾ ਫਟਿਆ, ਆ ਕੇ ਕਰੋਨਾ ਮੁੰਡਾ ਪਾਇਆ ਵੈਂਟੀਲੇਟਰ 'ਤੇ, ਰਾਤੋ ਰਾਤ ਬਣੇ ਕਈ ਲੱਖ ਨੇ, ਯਾਰ ਯਾਰ ਕਹਿਣ ਵਾਲੇ ਘਰੇ ਆ ਕੇ ਬਹਿਣ ਵਾਲੇ ਭੈਣ ਉੱਤੇ ਰੱਖ ਲੈਂਦੇ ਅੱਖ ਨੇ, ਦਿਨੋਂ ਦਿਨ ਵਧੀਆਂ ਨੇ ਕੋਟ ਮੈਰਜਾਂ, ਪਿੱਛੇ ਹੁਣ ਮੁੜਦਾ ਨਹੀਂ ਪੈਰ ਲੱਗਦਾ, ਪੀਪਿਆਂ ਦੇ ਵਿੱਚੋਂ ਜਦੋਂ ਆਟਾ ਮੁੱਕਦਾ ਤਾਂ ਸੱਚ ਜਾਣੀ ਜਾਨੂ ਉਦੋਂ ਜ਼ਹਿਰ ਲੱਗਦਾ, ਪੀਪਿਆਂ ਦੇ ਵਿੱਚੋਂ ਜਦੋਂ ਆਟਾ ਮੁੱਕਦਾ ਸੱਚ ਜਾਣੀ ਬੇਬੀ ਉਦੋਂ ਜ਼ਹਿਰ ਲੱਗਦਾ। ਅੱਗੇ ਲਿਖਿਆ ਕਿ ਕਿੱਥੇ ਗਿਆ ਹਿਟਲਰ, ਲੱਭੇ ਨਾ ਚੰਗੇਜ਼ ਖਾਨ, ਚਰਚਾ ਗਦਾਫੀ ਦਾ ਵੀ ਮੁੱਕਿਆ, ਮਾਣ ਨਾ ਕਰੀ ਤੂੰ ਕਦੇ ਮਿੱਟੀ ਦੇ ਆ ਬਾਵਿਆ ਹੋਏ, ਕੰਮ ਨਾ ਕਿਸੇ ਦਾ ਇੱਥੇ ਰੁਕਿਆ, ਲਵਲੀ ਸ਼ੁਦਾਈਆ ਇੱਕ, ਰੱਬ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਕਦੋਂ ਵਾਕਾ ਬੋਲਣਾ, ਕਿ ਟੈਲੀਫੋਨ ਲੱਗਦਾ ਨਹੀਂ ਐਂਬੂਲੈਂਸ ਨੂੰ, ਜਦੋਂ ਹੋਵੇ ਬੰਦੇ ਦਾ ਪਟਾਕਾ ਬੋਲਣਾ। ਔਰ ਇਸੇ ਤਰ੍ਹਾਂ ਇਸ ਗੀਤ ਦਾ ਇੱਥੇ ਖਤਮ ਹੁੰਦਾ ਇਹ ਗੀਤ। ਔਰ ਇਸ ਗੀਤ ਦੇ ਵਿੱਚ ਜਿਸ ਤਰ੍ਹਾਂ ਹਿਟਲਰ ਦਾ ਨਾਮ ਆਇਆ, ਚੰਗੇਜ਼ ਖਾਨ ਦਾ ਨਾਮ ਆਇਆ, ਗਦਾਫੀ ਦਾ ਨਾਮ ਆਇਆ, ਹਿਟਲਰ ਅਤੇ ਗਦਾਫੀ ਬਾਰੇ ਤਾਂ ਆਮ ਹੀ ਲੋਕ ਜਾਣਦੇ ਨੇ ਕਿ ਹਿਟਲਰ ਬਣ ਗਿਆ ਸੋਹਣੀ ਨਹੀਂ ਤੇਰੀ ਰਾਖੀ ਕਰਦਾ, ਅਤੇ ਗਦਾਫੀ ਦੇ ਬਾਰੇ ਤੰਬੂ ਲਾਉਂਦਾ ਚੋਟੀ ਦੇ ਬੋਡੀ ਗਾਰਡ ਸੀ ਰੱਖਦਾ ਕੁੜੀਆਂ, ਇਸ ਤਰ੍ਹਾਂ ਦੇ ਗਾਣੇ ਆਏ ਆ। ਅਤੇ ਗਦਾਫੀ ਦੇ ਬਾਰੇ ਬਹੁਤ ਵਾਰ ਆਪਾਂ ਸੁਣ ਚੁੱਕੇ ਹਾਂ, ਪਰ ਚੰਗੇਜ਼ ਖਾਨ ਦੇ ਬਾਰੇ ਬਹੁਤ ਘੱਟ ਸੁਣਿਆ। ਚੰਗੇਜ਼ ਖਾਨ ਇੱਕ ਅਜਿਹਾ ਰਾਜਾ ਸੀ ਜਿਸਨੇ ਭਾਰਤ ਦੇ ਵਿੱਚ ਮੰਗੋਲਾਂ ਦਾ ਰਾਜ ਸ਼ੁਰੂ ਕੀਤਾ ਸੀ, ਔਰ 12ਵੀਂ ਸਦੀ ਦੇ ਵਿੱਚ ਉਹ ਭਾਰਤ ਆਇਆ ਸੀ ਅਤੇ ਭਾਰਤ ਦੇ ਵਿੱਚ ਕਬਜ਼ਾ ਕਰਨਾ ਸ਼ੁਰੂ ਕੀਤਾ, ਔਰ ਮੰਗੋਲਾਂ ਦਾ ਜਿਹੜਾ ਸਾਮਰਾਜ ਹੈ ਉਸਨੇ ਆ ਕੇ ਇੱਥੇ ਸ਼ੁਰੂ ਕੀਤਾ ਸੀ। ਇੰਨੀ ਕੁ ਜਾਣਕਾਰੀ ਹੈ ਇਸ ਵੀਡੀਓ ਦੇ ਵਿੱਚ, ਵੀਡੀਓ ਮਾਫੀ ਚਾਹੁੰਦਾ ਕਿ ਵੀਡੀਓ ਲੰਬੀ ਹੋ ਗਈ ਹੈ, ਔਰ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਹੈ ਇਸ ਵੀਡੀਓ ਦੇ ਬਾਰੇ ਆਪਣੇ ਸੁਝਾਅ ਵਿਚਾਰ ਨੀਚੇ ਕਮੈਂਟ ਬਾਕਸ ਦੇ ਵਿੱਚ ਦੱਸਿਓ। ਇਸ ਵੀਡੀਓ ਨੂੰ ਸਪੋਂਸਰ ਕਰਨ ਦੇ ਵਾਸਤੇ ਔਨਲਾਈਨ ਕਿਤਾਬ ਘਰ ਦਾ ਧੰਨਵਾਦ ਹੈ। ਔਰ ਦੋਸਤੋ, ਜੇਕਰ ਕਿਸੇ ਵੀ ਦੋਸਤ ਨੇ ਦੇਸ਼ ਵਿਦੇਸ਼ ਦੇ ਵਿੱਚ ਕੋਈ ਕਿਤਾਬ ਮੰਗਵਾਉਣੀ ਹੋਵੇ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਕਿਤਾਬ ਮੰਗਵਾ ਸਕਦੇ ਹੋ। ਕਿਤਾਬਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਅਜਿਹੀਆਂ ਜਾਣਕਾਰੀਆਂ ਵੀ ਕਿਤਾਬਾਂ ਦੇ ਵਿੱਚੋਂ ਮਿਲਦੀਆਂ ਹਨ। ਤੁਸੀਂ ਔਨਲਾਈਨ ਕਿਤਾਬ ਘਰ ਦੇ ਨਾਲ ਇਸੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰਕੇ ਉਹਨਾਂ ਤੋਂ ਕੋਈ ਵੀ ਕਿਤਾਬ ਮੰਗਵਾ ਸਕਦੇ ਹੋ। ਸ਼ੇਰ ਸਿੰਘ ਰਾਣਾ ਦੇ ਬਾਰੇ ਔਰ ਫੂਲਨ ਦੇਵੀ ਦੇ ਬਾਰੇ ਜੋ ਵਿਵਾਦ ਬਣਿਆ ਹੈ, ਉਸ ਦੇ ਬਾਰੇ ਤੁਹਾਡੀ ਕੀ ਰਾਏ ਆ? ਰਣਜੀਤ ਬਾਵਾ ਨੇ ਅਤੇ ਲਵਲੀ ਨੂਰ ਨੇ ਜੋ ਲਿਖਿਆ ਹੈ, ਰਣਜੀਤ ਬਾਵਾ ਨੇ ਜੋ ਗਾਇਆ ਹੈ, ਕੀ ਉਹ ਸਹੀ ਹੈ ਜਾਂ ਗਲਤ ਆ? ਇਸ ਦੇ ਬਾਰੇ ਆਪਣੇ ਵਿਚਾਰ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਦੋਸਤੋ, ਆਪਾਂ ਕਦੇ ਵੀ ਨਾ ਬਹੁਤ ਛੇਤੀ ਕਰ ਜਾਂਦੇ ਹਾਂ, ਕਈ ਵਾਰ ਕਿਸੇ ਬੰਦੇ ਨੂੰ ਪਰਖਣ ਦੇ ਵਿੱਚ ਮੌਕਾ ਦੇਣਾ ਚਾਹੀਦਾ ਹੈ। ਰਣਜੀਤ ਬਾਵਾ ਤੋਂ ਜੇਕਰ ਗਲਤੀ ਵੀ ਹੋਈ ਹੈ ਤਾਂ, ਜੇਕਰ ਹੋਈ ਹੈ ਤਾਂ ਉਹ ਮਾਫੀ ਮੰਗ ਸਕਦੇ ਆ, ਪਰ ਇੰਨੀ ਛੇਤੀ ਸਰਟੀਫਿਕੇਟ ਨਾ ਵੰਡਿਆ ਕਰੋ। ਕੋਈ ਲੋਕਾਂ ਦੁਆਰਾ ਉਸਨੂੰ ਸਿੱਧਾ ਇਹ ਕਹਿ ਦਿੱਤਾ ਗਿਆ ਹੈ, ਜਿਸ ਤਰ੍ਹਾਂ ਉਹਨੇ ਸੁੱਖੇ ਜਿੰਦੇ ਦਾ ਜ਼ਿਕਰ ਕੀਤਾ ਹੈ ਤਾਂ ਲੋਕ ਉਹਨੂੰ ਖਾਲਿਸਤਾਨੀ ਵੀ ਕਹਿ ਸਕਦੇ ਆ, ਅਤੇ ਇਸੇ ਤਰ੍ਹਾਂ ਹੀ ਉਹਨੂੰ ਜਿਵੇਂ ਤੁਸੀਂ RSS ਦਾ ਏਜੰਟ ਕਹਿ ਰਹੇ ਹੋ, ਅਤੇ ਇਹ ਗੱਲਾਂ ਠੀਕ ਨਹੀਂ ਹੁੰਦੀਆਂ, ਕਿਉਂਕਿ ਜਿਹੜਾ ਗਾਇਕ ਹੁੰਦਾ ਉਹਦਾ ਕੰਮ ਗਾਉਣਾ ਹੁੰਦਾ ਹੈ, ਅਤੇ ਇੰਨਾ ਇਤਿਹਾਸ ਲਿਖਣਾ ਅਤੇ ਉਹਦੇ ਵਿੱਚੋਂ ਕਿਤੇ ਨਾ ਕਿਤੇ ਗਲਤੀ ਦੀ ਗੁੰਜਾਇਸ਼ ਵੀ ਹੁੰਦੀ ਹੈ, ਅਤੇ ਗਲਤੀ ਬੰਦੇ ਤੋਂ ਅਕਸਰ ਬੰਦਿਆਂ ਤੋਂ ਹੀ ਹੁੰਦੀ ਹੈ, ਗਲਤੀ ਜਿਹੜਾ ਕੰਮ ਕਰੂਗਾ ਉਸੇ ਤੋਂ ਹੀ ਗਲਤੀ ਹੋਊਗੀ, ਤਾਂ ਇਸ ਕਰਕੇ ਬਹੁਤੀ ਛੇਤੀ ਕਮੈਂਟ ਮਾਰਨ ਦੀ ਅਤੇ ਬਹੁਤੀ ਛੇਤੀ ਕਿਸੇ 'ਤੇ ਸਰਟੀਫਿਕੇਟ ਵੰਡਣ ਦੇ ਵਿੱਚ ਨਾ ਕਰਿਆ ਕਰੋ। ਤੁਹਾਡਾ ਸਾਰਿਆਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਆਪਣੇ ਸੁਝਾਅ ਵਿਚਾਰ ਦੇਣੇ ਨਾ ਭੁੱਲਿਓ, ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ, ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇੰਸਟਾਗ੍ਰਾਮ, ਫੇਸਬੁੱਕ ਔਰ ਟਵਿੱਟਰ ਦੇ ਉੱਪਰ, ਯੂਟਿਊਬ ਦੇ ਉੱਪਰ ਇੱਕੋ ਨਾਮ ਦੇ ਨਾਲ ਤੁਸੀਂ ਸਰਚ ਕਰ ਸਕਦੇ ਹੋ, ਉਹ ਹੈ ਵਰਿੰਦਰ ਔਲਖ। ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ, ਸਤਿ ਸ਼੍ਰੀ ਅਕਾਲ।